ਆਪਣਾ ਮਨਪ੍ਰੀਤ ਭੱਠਲ ਫਾਈਨਲਿਸਟ ਆਫ ਮਿਸਿਸ ਪੰਜਾਬ 2019 ਮੈਂ ਮੇਰੀ ਫੈਮਿਲੀ ਵਿੱਚ ਮੇਰੇ ਹਸਬੈਂਡ ਔਰ ਮੇਰੇ ਦੋ ਬੱਚੇ ਨੇ ਅਤੇ ਮੈਂ ਇਸ ਬਾਈ ਪ੍ਰੋਫੈਸ਼ਨ ਦੇ ਵਿੱਚ ਗੌਰ ਕੀਤਾ ਜਾਵੇ ਤਾਂ ਮੈਂ ਐਜੂਕੇਸ਼ਨ ਕਾਲਜ ਦੇ ਵਿੱਚ ਇੱਕ ਲੈਕਚਰਾਰ ਹਾਂ ਅਤੇ ਮੈਂ ਸਭ ਤੋਂ ਪਹਿਲਾਂ ਸ਼ੁਕਰਗੁਜ਼ਾਰ ਹਾਂ ਉਸ ਪਰਮਾਤਮਾ ਨੇ ਜਿਨ੍ਹਾਂ ਨੇ ਮੈਨੂੰ ਇੰਨੀ ਵਧੀਆ ਜ਼ਿੰਦਗੀ ਬਖਸ਼ੀ ਅਤੇ ਫਿਰ ਮੈਂ ਸ਼ੁਕਰਗੁਜ਼ਾਰ ਹਾਂ ਇਸ ਪਲੈਟਫਾਰਮ ਦਾ ਜੋ ਕਿ ਇੱਕ 9 to 9 ਐਂਟਰਟੇਨਮੈਂਟ ਜੋ ਕਿ ਪਰਮਿੰਦਰ ਸਰ ਨੇ ਸਾਨੂੰ ਦਿੱਤਾ ਅਤੇ ਇਹਦੇ ਵਿੱਚ ਹੁਣ ਸਾਡਾ ਇੱਕ ਫਾਈਵ ਡੇਜ਼ ਦਾ ਜਿਹੜਾ ਸੀਗਾ ਪ੍ਰੋਫੈਸ਼ਨ ਜਿਹੜਾ ਕੰਟੀਨਿਊਸ ਸੈਸ਼ਨ ਚੱਲ ਰਿਹਾ ਅਤੇ ਉਹਦੇ ਵਿੱਚ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਸਿਖਾਈਆਂ ਗਈਆਂ ਜਿਨ੍ਹਾਂ ਵਿੱਚੋਂ ਸਾਡਾ ਡਾਇਟੀਸ਼ੀਅਨ ਜਿਹੜੇ ਸੀਗੇ ਜਿਨ੍ਹਾਂ ਨੇ ਸਾਨੂੰ ਬਹੁਤ ਸਾਰੀ ਨੌਲੇਜ ਦਿੱਤੀ ਫਿਰ ਉਸ ਤੋਂ ਬਾਅਦ ਸਾਡਾ ਯੋਗਾ ਸੈਸ਼ਨ ਹੋਇਆ ਦੈਨ ਸਾਡੇ ਕੋਲ ਜਿਹੜੇ ਸਕਿੰਨ ਦੇ ਸਪੈਸ਼ਲਿਸਟ ਆਏ ਉਹਨਾਂ ਨੇ ਸਾਨੂੰ ਸਕਿੰਨ ਦੇ ਬਾਰੇ ਸਾਰਾ ਕੁਝ ਦੱਸਿਆ ਅਤੇ ਸਾਡੇ ਹਰ ਇੱਕ ਪਰਸਨ ਨੂੰ ਪਰਸਨ ਟੂ ਪਰਸਨ ਹਰ ਇੱਕ ਦੇ ਨਾਲ ਉਹਨਾਂ ਨੇ ਇੰਟਰਡਿਊਸ ਕਰਵਾਇਆ ਆਪਣੇ ਆਪ ਨੂੰ ਅਤੇ ਪਲੱਸ ਅਸੀਂ ਆਪਣੀਆਂ ਪ੍ਰੋਬਲਮਸ ਨੂੰ ਅੱਗੇ ਲਿਆਂਦਾ ਗਿਆ ਅਤੇ ਸਾਨੂੰ ਬਹੁਤ ਇਸ ਤੋਂ ਇਲਾਵਾ ਬਹੁਤ ਸਾਰੀਆਂ ਚੀਜ਼ਾਂ ਜਿਹੜੇ ਸਪੋਂਸਰਸ ਵੱਲੋਂ ਅਲੱਗ ਅਲੱਗ ਗਿਫਟ ਸਾਨੂੰ ਪ੍ਰੋਵਾਈਡ ਕੀਤੇ ਗਏ ਅਤੇ ਬਹੁਤ ਹੀ ਸਾਨੂੰ ਜਿਹੜਾ ਹੈ ਅਸੀਂ 4 ਦਿਨ ਬਹੁਤ ਹੀ ਇੰਜੋਏ ਕੀਤਾ ਐਂਡ ਟੂਡੇ ਜਿਹੜਾ ਹੈਗਾ ਇਜ਼ ਦ ਲਾਸਟ ਡੇ ਅੱਜ ਸਾਡਾ ਲਾਸਟ ਡੇ ਸੀਗਾ ਗਰੂਮਿੰਗ ਸੈਸ਼ਨ ਦਾ ਅੱਜ ਵੀ ਸਾਨੂੰ ਨਵੀਂ ਨਵੀਂ ਚੀਜ਼ਾਂ ਅਤੇ ਪਲੱਸ ਸਾਨੂੰ ਜਿਹੜੇ ਸਾਡੀਆਂ ਗਰੂਮਿੰਗ ਸੈਸ਼ਨ ਤੋਂ ਬਾਅਦ ਜਿਹੜੇ ਸਾਡੀਆਂ ਡਰੈਸਸ ਨੇ ਉਹ ਅਸੀਂ ਸਿਲੈਕਟ ਕਰ ਰਹੇ ਹਾਂ ਅਤੇ ਉਹ ਰੀਅਲੀ ਵੀ ਫੀਲ ਸੋ ਪ੍ਰਾਊਡ ਐਂਡ ਵੀ ਆਰ ਸੋ ਬਲੈਸਡ ਕਿ ਸਾਨੂੰ ਪਰਮਾਤਮਾ ਨੇ ਇੰਨਾ ਅੱਛਾ ਜਿਹੜਾ ਹੈ ਪਲੈਟਫਾਰਮ ਪ੍ਰੋਵਾਈਡ ਕੀਤਾ ਅਤੇ ਮੈਂ ਚਾਹੁੰਦੀ ਹਾਂ ਕਿ ਬਾਕੀ ਲੇਡੀਜ਼ ਵੀ ਇਸ ਦੇ ਵਿੱਚ ਅੱਗੇ ਤੋਂ ਪਾਰਟੀਸਪੇਟ ਕਰਨ ਔਰ ਇਹ ਸਾਰੀਆਂ ਚੀਜ਼ਾਂ ਨੂੰ ਇੰਜੋਏ ਕਰਨ ਐਂਡ ਵੀ ਰੀਅਲੀ ਇੰਜੋਏ ਔਰ ਅਸੀਂ ਬਹੁਤ ਸਾਰਾ ਰੌਕ ਕਰਨ ਲੱਗੇ ਹਾਂ ਉੱਥੇ ਬਹੁਤ ਇੰਜੋਏ ਕਰਨ ਵਾਲੇ ਹਾਂ 29th ਨੂੰ ਸੋ ਆਈ ਇਨਵਾਈਟ ਆਲ ਆਫ ਯੂ ਪਲੀਜ਼ ਕਮ ਜਿਹੜਾ ਸਾਡਾ ਪ੍ਰੋਗਰਾਮ ਹੈ 29th ਨੂੰ ਰੈਡੀਸਨ ਦੇ ਵਿੱਚ ਹੈ ਸੋ ਪਲੀਜ਼ ਮੈਂ ਚਾਹੁੰਦੀ ਹਾਂ ਕਿ ਤੁਹਾਡੀਆਂ ਬਲੈਸਿੰਗਸ ਨੇ ਜਿਹੜੀਆਂ ਸਾਡੀਆਂ ਉਹ ਮੈਨੂੰ ਮਿਲਣ ਸਾਰਿਆਂ ਦੀਆਂ ਬਲੈਸਿੰਗਸ ਅਤੇ ਪਲੀਜ਼ ਇੱਥੇ 29 ਨੂੰ ਪਹੁੰਚਿਓ ਬਹੁਤ ਬਹੁਤ ਧੰਨਵਾਦ।